ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਨਿਗਾ ਸੌਤ ਕਰ ਰਹਾ ਮੈਂ ਥਾਰਾ ਆਪਣਾ ਲਾਡਾ ਪੁਆਦੀ ਯਾਰ ਅੱਜ ਗਿਆ ਬੜੀਆਂ ਖਬਰਾਂ ਥਾਰੇ ਵਾਸਤਾ ਚੰਡੀਗੜ੍ਹ ਕੇ ਵਿੱਚ ਮੈਂ ਅੰਡਾਨੀਆਂ ਕੇ ਖਿਲਾਫ ਪ੍ਰਦਰਸ਼ਨ ਕਰਨ ਵਾਸਤਾ ਪਹੁੰਚੇ ਦੇ ਵੀਰ ਯੋ ਕਾਂਗਰਸੀ ਵਰਕਰ ਔਰ ਕਾਂਗਰਸੀ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਚਾਕਾ ਦੇ ਅੰਦਰ ਰਾਜੇ ਬੜਿੰਗ ਕੀ ਬਾਤ ਕਰਾ ਰਾਜਾ ਬੜਿੰਗ ਵੀ ਇਨਕੇ ਗੈਲ ਗਿਆ ਦਾ ਉੱਥਾ ਵੀਰ ਉਲਸਾੜਾ ਨਾ ਕਿਸੇ ਨੂੰ ਨਿਬਕਸਿਆ ਵੀ ਸਾਰੇ ਬੰਦਿਆਂ ਨੂੰ ਫੜ ਫੜ ਕੇ ਅੰਦਰ ਦਿਆ ਔਰ ਉਧਰ ਯੋ ਕੈਲੋ ਬਈ ਯੋ ਅੱਜ ਕਾ ਨਹੀਂ ਧਰਨਾ ਲੱਗ ਰਿਹਾ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਾਲੇ ਵੀ ਧਰਨਾ ਲਾ ਕੇ ਗਏ ਤੇ ਤੁਹਾਨੂੰ ਯੋ ਛਾੜੂ ਵਾਲੇ ਇਹਨਾਂ ਨੇ ਵੀ ਲਾਇਆ ਧਰ ਇਨਕੇ ਉੱਪਰ ਵੀ ਡਾਂਗਾ ਪਿਛਾੜਾਂ ਕਾਫੀ ਕੁਝ ਹੋਇਆ ਤੇ ਇਨ ਗੱਲ ਬਾਅਦ ਚੀਜ਼ ਆਪਾਂ ਭੁੱਲੀ ਸਕਦੇ ਅਰ ਯੋ ਕਹ ਲੋ ਵੀ ਟੈਂਟ ਪੇਪਰ ਲੀਕ ਹੋਇਆ ਇਸ ਮੁੱਦੇ ਦੇ ਉੱਪਰ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਬਿਆਨ ਨਿਕਲ ਕੇ ਆਇਆ ਵੀਰਾ ਬਾ ਕਹਰੇ ਕਹਾ ਸਖਤ ਸਖਤ ਕਾਰਵਾਈ ਹੋਵੇਗੀ ਇਹ ਕਾਰਵਾਈ ਕੀ ਹੋਵੇਗੀ ਤੇ ਹਣਾਂ ਵਾਲਾ ਟਾਈਮ ਦੱਸੇਗਾ ਵੀਰਾ ਪਰ ਯੋ ਬਾਤ ਪੱਕੀ ਵੀ ਈਵ ਮੰਨੂ ਡਰ ਪੈ ਰਿਹਾ ਕਿ ਤੇ ਯੋ ਪੂਰੇ ਪੰਜਾਬ ਕੇ ਵਿੱਚ ਮਾ ਯੋ ਬੋਰਡ ਨਾ ਲਾ ਦੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਬੋਰਡ ਲਾਤੇ ਤੇ ਮਾਨਾ ਇਤਨੇ ਬੰਦੇ ਫੜ ਕਾ ਅੰਦਰ ਕਰੇ ਇਤਨੇ ਪ੍ਰਿਸ਼ਟਾਚਾਰੀ ਅੰਦਰ ਕਰੇ ਇਤਨਾ ਕੰਮ ਕਰਿਆ ਵਿਕਾਸ ਕਰੇ ਇਸ ਤਰ੍ਹਾਂ ਇਹਨਾਂ ਨੂੰ ਆਤ ਬਹੁਤ ਵੀਰ ਬੋਰਡ ਬੋਰਡ ਜੇ ਲਾ ਕਾ ਨਾ ਆਪਣੇ ਨੰਬਰ ਬਣਾਣੇ ਕੀ ਆਰ ਜੋ ਵੀ ਹੋ ਸਕਾ ਕਿ ਆਪ ਦਾ ਬੋਰਡ ਇਹਨਾਂ ਲੱਗ ਜਾਏ ਬਾਕੀ ਉਹ ਪਹਿਲਾ ਇਹ ਕਹ ਲੋ ਔਖਾ ਬਹੁਤ ਪ੍ਰਬੰਧ ਜੋ ਇਨਕੇ ਜਿਸ ਤਰ੍ਹਾਂ ਕੇ ਕਰੇਵੇ ਤੇ ਇਨਕੇ ਉੱਪਰ ਕਦੇ ਕਦੇ ਤਾਂ ਹਾਸੀ ਵੀ ਆਵਾ ਪਰ ਇਹ ਕਹ ਲੋ ਵੀ ਕਹਾਵਤਾਂ আর ਚੁਟਕਲੇ ਸੁਣਾ ਕਾ ਨੀ ਕੰਮ ਚੱਲਦਾ ਕਿਤਨੇ ਪ੍ਰੋਫੈਸਰਾਂ ਕੇ ਖਿਲਾਫ ਕਿਹੜੇ ਥਾਣੇ ਕੇ ਵਿੱਚ ਮੁਕਦਮਾ ਦਰਜ ਕਰਿਆ ਯੋ ਚੀਜ਼ ਜੇ ਕਿਸੇ ਨੂੰ ਪਤਾ ਹੋਇਆ ਤੇਰੇ ਜ਼ਰੂਰ ਦੱਸਿਓ ਮੰਨੂੰ ਅਰ ਪਹਿਲੀ ਵਾਰ ਹੋਇਆ ਬਈ ਪ੍ਰੀਖਿਆਰਥੀ ਜਿਹੜੀ ਕਿ ਸਿਵਿਧਾਵਾਸਤਾ ਪ੍ਰਸ਼ਨ ਪੱਤਰ ਦੇ ਵਿੱਚੇ ਉੱਤਰ ਲਿਖੇ ਹੋਏ ਤੇ ਕਾ ਬੋਲਡ ਕਰਕੇ ਲਿਖਦੇ ਤੇ ਕਾ ਹਟੇ ਯੋ ਟਿੱਕ ਮਾਰ ਵਾਲੇ ਸਵਾਲ ਤੇ ਸਾਰੇ ਕਾ ਉਹ ਤਾਂ ਬੋਲਡ ਕਰਦੇ ਤੇ ਵੀ ਇਹਨਾਂ ਨੂੰ ਕਟ ਕਰਦੇ ਹੋ ਬਸ ਹੀ ਉਹ ਜਿੱਤ ਜੈਗੇ ਧੰਮ ਕੋਈ ਗ੍ਰਿਫਤਾਰੀ ਮੈਂ ਤਾਂ ਕਾ ਹੋਣੀ ਯੋ ਕਾ ਵੀ ਗ੍ਰਿਫਤਾਰੀ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰ ਕਰ ਕੇ ਇਹਨੂੰ ਘਰਾਂ ਨੂੰ ਭੇਜੋ ਬਾਕੀ ਜਿਹੜਾ ਜਵਾਕ ਪੇਪਰ ਦੇਖ ਆਇਆ ਉਸ ਦਾ ਦੁਬਾਰਾ ਪੇਪਰ ਹੋਵੇਗਾ ਯੂਵਿਕ ਬੜੀ ਹੈਰਾਨੀ ਦੀ ਗੱਲ ਵੀ ਦੱਸ ਵੀ ਵਾ ਨਿਆਣਾ ਵਿਚਾਰਾ ਕਿਹੜੇ ਸੈਂਟਰ માં ਕਾਦ ਫੇਰ ਕਾਦ ਕਿੱਥਾ ਜਾ ਕੇ ਤਿਆਰੀ ਕਰੇਗਾ ਆਰ ਬਾਬ ਨਿਆਣਾ ਫੇਰ ਕਹਿ ਲੋ ਵੀਰ ਵਿਚਾਰਾ ਫੇਰ ਪੂਰੀ ਤਿਆਰੀ ਕਰ ਕਰ ਖਰਚਾ ਕਿਤਨਾ ਹੋਗਾ ਬਸ ਕਰਾਇਆ ਇਹ ਉਹ ਇਹੋ ਕਿਹੜਾ ਕਿਸ ਨੇ ਦੇਣਾ ਵੀਰ ਕਿਸੇ ਨੇ ਨਹੀਂ ਦੇਣਾ ਅਰ ਯੋ ਕਿਤੇ ਨਾ ਕਿਤੇ ਕਹਿ ਸਕਾਂ ਵੀ ਯੋ ਇੱਕ ਨਲਾਕੀਆਂ ਭਾਈ ਇਸ ਨੂੰ ਕਹਿ ਸਕਦਾ ਸਰਕਾਰਾਂ ਗੀਆਂ ਜੁਆਕਾਂਗੇ ਭਵਿੱਖ ਜੁਆਕਾਂਗੇ ਦਾਓ ਦਾ ਲਾਤੀ ਇਨਕੀ ਕਿਸਮਤ ਦੇ ਉੱਪਰ ਅਰ ਯੋ ਕਹ ਲੋ ਵੀ ਕਿਹੜੇ ਲੀਡਰ ਨੇ ਤਵਾ ਲਾਇਆ ਯੋ ਵੀ ਅੱਜ ਇੱਕ ਗੱਲ ਬੜੀ ਪ੍ਰਚਲਿਤ ਹੋਈ ਅਰ ਕਹ ਮੁੱਖ ਮੰਤਰੀ ਬਣਨ ਨਾਲੇ ਕਈ ਬੰਦੇ ਕਹਾ ਮੁੱਖ ਮੰਤਰੀ ਬਣਨ ਦਾ ਬਾਸਤਾ ਕਈ ਬੰਦੇ ਪੱਗ ਬਨਣ ਲੱਗ ਗਏ ਯੋ ਸੁਨੀਲ ਜਾਖੜ ਨੇ ਬੜਾ ਬਿਆਨ ਦੇਈ ਕਾ ਨੋ ਨਹੀਂ ਲਿਆ ਪਰ ਕਿਤੇ ਨਾ ਕਿਤੇ ਜਾਦੀ ਉਹ ਪੱਗ ਬੰਨਣ ਵਾਲੀ ਗੱਲ ਕਰੀ ਉਹ ਤਾਂ ਸਿੱਧੀ ਆਪਣੀ ਸੂਈ ਫਿਰ ਦਰਜੀ ਵਾਲੇ 'ਤੇ ਚਲੇਗੀ ਦਰਜੀ ਵਾਲਾ ਕਾਹਨ ਯੂ ਵੀ ਸਮਝ ਜਾਣਾ ਜਿਹੜਾ ਆਪ ਨਹੀਂ ਕੁਝ ਕਰ ਸਕਿਆ ਵਾ ਦੂਸਰੇ ਬੰਦੇਆਂ ਦੇ ਵਿੱਚ ਕਮੀਆਂ ਕੱਢ ਰਿਹਾ ਯੂ ਵੀ ਇੱਕ ਬੜਾ ਹਰਾਨੀ ਭਰਿਆ ਸਵਾਲ ਆਪਾਂ ਇਸ ਨੂੰ ਕਹਿ ਸਕਾਂ ਆਪ ਤੇ ਕੁਝ ਹੋਇਆ ਨਹੀਂ ਦੂਸਰੇ ਨੂੰ ਯੂ ਕਰ ਰਿਹਾ ਕਰਦੇ ਹੋ ਔਰ ਪੱਗਾਂ ਬੰਨ ਰਹੇ ਵੀਰ ਈਵ ਦੱਸੋ ਵੀ ਉਹ ਭਾਜਪਾ ਵਿੱਚ ਵੱੜ ਕੇ ਜਾ ਕੇ ਵੀ ਯੋ ਤੁਹਾਨੂੰ ਪਤਾ ਬਈ ਪੱਗ ਬੰਨਣ ਗਏ ਜੇ ਨੰਬਰ ਲੱਗ ਸਕਾ ਵੀ ਥੰਬੀ ਫਿਰ ਪੱਗ ਬੰਨਣੀ ਸ਼ੁਰੂ ਕਰ ਦਿਓ ਕਿਆ ਬਤਾ ਥਾਰਾ ਵੀ ਕਿਤੇ ਯੋ ਕਹਾਦਾ ਉਹ ਲੱਗ ਜੇ ਪਰ ਮਾਰੇ ਗੁਰੂ ਮਹਾਰਾਜ ਨੇ ਯੋ ਜਿਹੜੀ ਦਸਤਾਰ ਬਖਸੀ ਦੀ ਵਾ ਇੱਕ ਸੰਪੂਰਨ ਸਿੱਖ ਨੂੰ ਬਖਸੀ ਦੀ ਯੋ ਕਹਿ ਲੋ ਵੀਰੇ ਰਾਜਨੀਤਿਕ ਲੋਕਾਂ ਨੇ ਇਸ ਚੀਜ਼ ਦਾ ਮਜ਼ਾਕ ਬਣਾ ਲਿਆ ਜਿਸ ਦਾ ਦਿਲក្រਾਵਾ ਰੱਖਾ ਕਈ ਤੋਂ ਯੋ ਹੈ ਯੋ ਪੱਕੀਆਂ ਬੰਨੀਆਂ ਹੋਣਾ ਜਾਂ ਰੱਖ ਆ ਜਾ ਕਈ ਉਰਾ ਬਨਵਾਵਾ ਕਈ ਸਿਆਸਤ ਕਰਨ ਵਾਸਤਾ ਪੱਗਾਂ ਬੰਨਣਾ ਆਰ ਪਿੱਛੇ ਜੇ ਚੰਨੀ ਸਾਹਿਬ ਨੇ ਦੇ ਲ ਪੱਗ ਕੇ ਉੱਪਰ ਟੋਪੀ ਰਖਾ ਲਈ ਮਤਲਬ ਕਹਿਣ ਦਾ ਭਈ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਖੌਫ ਹੈ ਨਹੀਂ ਅਰ ਉਧਰ ਯੋ ਕਲਵੀ ਇੱਕ ਹੋਰ ਬੜੀ ਖਬਰ ਨਿਕਲ ਕਾਰੀ ਕਹ ਹੈ ਆਰਾਮ ਰਹੀਮ ਜਿਹੜਾ ਡੇਰਾ ਪ੍ਰੇਮੀ ਡੇਰੇ ਵਾਲੇ ਨੇ ਯੋ ਗੱਲ ਇੱਕ ਫਰਮਾਨ ਕਰਤਾ ਕਾ ਸਿਆਸੀ 빙 ਕਰੋ ਪੰਗ ਕਿਸੇ ਕੋਈ ਹਮੈਤ ਨਹੀਂ ਕਰੇਗਾ ਡੇਰਾ ਖੁਲਕਾ ਪਹਾੜਿਆਣੇ ਦੇ ਵਿੱਚ ਵਿਧਾਨ ਸਭਾ ਦੀ ਵੋਟਾਂ ਅਗਾ ਲੋਕ ਸਭਾ ਦੀ ਵੋਟਾਂ ਯੋ ਦੋ ਚੀਜ਼ਾਂ ਆਪਸਾਂ ਭੀੜ ਰੀਆਂ ਇਸ ਕਰਕੇ ਵੀਰ ਇਹ ਵੀ ਇੱਕ ਬੜਾ ਸਵਾਲ ਬਣ ਗਿਆ ਵੀ ਕਿਆ ਸਿਆਸਤ ਦੇ ਵਿੱਚ ਮਾ ਡੇਰਾ ਆਪਣਾ ਹੱਥ ਜਮਾਏਗਾ ਜਾਂ ਨਹੀਂ ਜਮਾਏਗਾ ਪਰ ਪਿਤਾ ਜੀ ਨੇ ਕਲੀਅਰ ਕਹਿ ਦਿਆ ਕਹਾ ਬਿਰ ਕਿਸੇ ਨੂੰ ਕੋਈ ਹੈ ਉਹ ਆਪਣੀ ਬਸ ਕਿਸੇ ਕੋਈ ਖੁੱਲਗਾ ਸਪੋਰਟ ਨਹੀਂ ਕਰਨੀ ਸਿਆਸੀ ਵਿੰਗ ਜਿਹੜਾ ਬਣਾਇਆ ਕ ਇਸ ਨੂੰ ਭੰਗ ਦਿਓ ਤੋੜ ਦਿਓ ਇਸ ਨੂੰ ਸਿਆਸੀ ਵਿੰਗ ਵਾਲੇ ਇਹ ਜਿਹੜਾ ਵਿੰਗ ਬਣਾਇਆ ਮੈਂ ਭੰਗ ਕਰ ਦਿਓ ਚਲੋ ਦੇਖੋ ਵੀਰ ਅੱਗਾ ਕੀ ਬਣੇਗਾ ਬਾਕੀ ਡੇਰੇ ਦਾ ਹੁਕਮ ਸਿਰ ਮੱਥੇ ਇਨਕੇ ਇਹ ਜਿਹੜੇ ਚੇਲੇ ਇਹਨਾਂ ਨੇ ਕਹਿ ਤਿਆ ਅਰ ਜਲੰਧਰ ਜੀਵਨੀ ਚੌਂਡ ਕੇ ਵਿਚੋਂ ਸੰਤੋਖ ਚੌਧਰੀ ਘਰ ਵਾਲੀ ਕਮਲਜੀਤ कौर ਈਸ਼ੂ ਉਮੀਦਵਾਰ ਲਾਂਦੇ ਆ ਵੀਰਾ ਈਬਾ ਇਹ ਕਹ ਲੋ ਵੀ ਕਾਂਗਰਸ ਆਪਣੀ ਗਲਤੀਆਂ ਦੇ ਕੁਝ ਨਹੀਂ ਸਿੱਖ ਰਹੀ ਇੱਕ ਬੜਾ ਸਵਾਲ ਇਸ ਨੂੰ ਇਸ ਕਰਕੇ ਮੈਂ ਕਹਿ ਰਿਹਾ ਬਈ ਈਬ ਦੱਸੋ ਪਰਿਵਾਰ ਬਾਦ ਇਹਨਾਂ ਦਾ ਫੇਰ ਉਸ ਤਰੇ ਦਾ ਉਸ ਤਰੀ ਚੱਲ ਰਿਹਾ ਕੋਈ ਨਵੇਂ ਬੰਦੇ ਨੂੰ ਮੌਕਾ ਦਿੰਦੇ ਜਾਂ ਕਿਸ ਕਰਦੇ ਬਸ ਹੈ ਹੀ ਨਹੀਂ ਵੀਰ ਚੰਨੀ ਨੂੰ ਦੇ ਦਿੰਦੇ ਚੰਨੀ ਨੇ ਵਿਚਾਰੇ ਨੇ ਅਮਰੀਕੇ ਦਾ ਦੌਰਾ ਆਪਣਾ ਕੈਨਸਲ ਕਰਿਆ ਤਾਂ ਚੰਨੀ ਨੂੰ ਦਿੰਦੇ ਮੌਕਾ ਬਾਕੀ ਪੀਐਮ ਮੋਦੀ ਕੇ ਧਾਕੜ ਬੋਲ ਭਾਰਤ ਦਾ ਲੋਕਤੰਤਰ ਬਹੁਤ ਮਜ਼ਬੂਤ ਇਹ ਬਾਤ ਪੱਕੀ ਕਿਸੇ ਦੀ ਹਿੰਮਤ ਨਹੀਂ ਕਿ ਲੋਕਤੰਤਰ ਨੂੰ ਕੋਈ ਨੁਕਸਾਨ ਪਹੁੰਚਾ ਦੇ ਪਰ ਮੋਦੀ ਸਾਹਿਬ ਸਾਇਦ ਯੋਗ ਬਾਤ ਭੁੱਲ ਗਏ ਵੀ ਲੋਕਤੰਤਰ ਕਿਹੜਾ ਨਿੱਤ ਤੋਂ ਭਰਿਆ ਰਾਜ ਅੰਤਰ ਮੰਤਰ ਕੇ ਉੱਪਰ ਇਹ ਲੋਕਤੰਤਰ ਹਰ ਬਾਕੀ ਕਿਸੇ ਕੋਲ ਟਾਈਮ ਹੀ ਹੈ ਨਹੀਂ ਸਾਰੇ ਦੇਸ਼ ਆਪਣੀ ਤਰੱਕੀ ਦੇ ਬਾਰੇ ਮਾ ਸੋਚ ਰਹੇ ਆਰ ਯੂ ਥਮ ਨੂੰ ਪਤਾ ਹੀ ਵੀ ਯੂ ਵੈਸੇ ਨਾਮ ਤੋਂ ਲੋਕਤੰਤਰ ਹੈ ਪਰ ਲੋਕਤੰਤਰ ਨਾਮ ਕੀ ਉਰਾ ਕੋਈ ਚੀਜ਼ ਹੈ ਨਹੀਂ ਅੱਜ ਕੋਈ ਸੱਚ ਬੋਲੇ ਚਾਕਾ ਉਸ ਨੂੰ ਜਦੇ ਅੰਦਰ ਦੇ ਆਰ ਉਧਰ ਰਾਣੇ ਗਜੀਤ ਦਾ ਬਿਆਨ ਥਾਰੇ ਗੱਲ ਸਾਂਝਾ ਕਰਾਂ ਕਪੂਰ ਥਲੇ ਖਬਰ ਨਿਕਲ ਕੇ ਆਈ ਕਾਈ ਵੀ ਬਰਕਰਾਮਾ ਦੇ ਕੱਢੇਗੇ ਬੜੇ ਲੀਡਰ ਇਹੋ ਬਾਤ ਰਾਣੇ ਗਰਜੀਤ ਨੇ ਕਹੀ ਬਿਲਕੁਲ ਠੀਕ ਹੈ ਰਾਣੇ ਗਰਜੀਤ ਨੇ ਜਿਸ ਤਰ੍ਹਾਂ ਜਲੰਧਰ ਦੇ ਵਿੱਚ ਮਾ ਇੱਕ ਗਰੀਬ ਗਰੀਬ ਪਰਿਵਾਰ ਨੂੰ ਇਹਨਾਂ ਨੇ ਟਿਕਟ ਦਈ ਇਸ ਤਰ੍ਹਾਂ ਸਾਰੇ ਗਰੀਬ ਬੰਦਿਆਂ ਨੂੰ ਟਿਕਟ ਮਿਲੇਗੀ ਸੱਚੀ ਮੁੱੱਚੀ ਕਾਂਗਰਸ ਕੀ ਜੇ ਗੱਲ ਕਰਾਂ ਵੀਰ ਆਪਣੀ ਪਾਰਟੀ ਦੇ ਵਿੱਚ ਮਤਈ ਉਹ ਕਹੇ ਵੀ ਜਲੰਧਰ ਦੇ ਬਿਲਕੁਲ ਦੇ ਨਾ ਕਿਤੇ ਪਰਿਵਾਰ ਬਾਤ ਦੇਖਣ ਨੂੰ ਮਿਲਿਆ ਅਰ ਇਹ ਵੀ ਉਮੀਦ ਕਰ ਰਹੇ ਵੀ ਕਹੇ ਇਹ ਸੀਟ ਦਵਾਰੋਂ ਕਾਂਗਰਸ ਕਿੱਥੇ ਜਾਏਗੀ ਪਰ ਆਉਣ ਵਾਲਾ ਟਾਈਮ ਦੱਸੇਗਾ ਬਾਕੀ ਇਹੋ ਕਹ ਲਓ ਵੀ ਨਵੇਂ ਕੱਪੜੇ ਸੁਵਾਲਿਓ ਜਿਹੜੇ ਮੇਰੇ ਬਾਤ ਸੁਣ ਰਹੇ ਮੈਨੂੰ ਬਾਤਾਂ ਸੁਣ ਰਹੇ ਮਤਲਬ ਬਾਕੀ ਦੂਸਰੀ ਗੱਲ ਇਹੋ ਵੀ ਇਸ ਦਾ ਆਪਣਾ ਛੋਕਰਾ ਦੇਖ ਲਿਓ ਆਪਣਾ ਛੋਕਰਾ ਇਸ ਦਾ ਜਿੱਤ ਕਰ ਗਿਆ ਤਾਂ ਬਾਕੀ ਦੂਜੀ ਗੱਲ ਇਹੋ ਕਹ ਲਓ ਵੀ ਯੋ ਬੜੇ ਲੀਡਰ ਜਿਹੜੇ ਦੂਸਰੇ ਨੂੰ ਗਾਣੇ ਦਾ ਮੌਕਾ ਹੀ ਨੰਦਦੇ ਆਰ ਯੋ ਕਹ ਲੋ ਵੀ ਯੋ ਟੋਏ ਭਰਨੇ ਜਿਹੜੇ ਯੋ ਨਾਮ ਮੋਨਕਿਰ ਅੱਗਾ ਬੜੇ ਲੀਡਰ ਬੈਠੇ ਯੋ ਛੋਟਿਆਂ ਨੂੰ ਆਣੇ ਦੰਦੇ ਬਾਕੀ ਵਰਕਰ ਕਾਂਗਰਸ ਪਾਈ ਉਹ ਹੈ ਵੀ ਕਿੱਥਾ ਵਰਕਰ ਕਾਂਗਰਸ ਪਾ ਕਾਂਗਰਸ ਵਾਲੇ ਬਿਨਾ ਵਰਕਰਾਂ ਦੇ ਚੱਲ ਰਹੇ ਵਿਚਾਰੇ ਇਹ ਵੀ ਲੀਡਰਾਂ ਮਾਂ ਤੇ ਛਾਂਟੀ ਕਰਨਗੇ ਵੀ ਆਮ ਵਰਕਰ ਕੌਣ ਯੋ ਕੰਮ ਹੋਵੇਗਾ ਬਾਕੀ ਰਾਣੇ ਦੀ ਜੁਰਤ ਬਹੁਤ ਯੋ ਕਹ ਲੋ ਵੀਰ ਆਪਣੇ ਇਲਾਕੇ ਮਾ ਆਪਣੇ ਧਾਮ ਕੇ ਉਪਰ ਲਲਕਾਰਾ ਮਾਰ ਕੇ ਆਪਣੇ ਛੋਕਰੇ ਨੂੰ ਆਜ਼ਾਦ ਉਮੀਦਵਾਰ ਜਿਤਾ ਦਿਆ। ਯੋ ਕਹ ਲੋ ਜਿਸ ਤਰ੍ਹਾਂ ਰਾणे ਗਰਜੀਤ ਕੇ ਘਰ ਤੇ ਕਾਮ ਵਰਕਰ ਨਿਕਲਿਆ ਆਜ਼ਾਦ ਹੋ ਕਾ ਇਸ ਤਰ੍ਹਾਂ ਕਾਂਗਰਸ ਮਾ ਤੇ ਹੋਰ ਵੀ ਆਜ਼ਾਦ ਵਰਕਰ ਹੋ ਕਾ ਬਾਹਰ ਨਿਕੜੇਗੇ। ਸਰਕਾਰ ਯੋ ਕਹ ਲੋ ਯੋ ਸਰਕਾਰੀ ਵਰਕਰ ਰੱਖੇਗੀ ਕਿਆ ਕਰੇਗੀ ਬਾਕੀ ਦੂਸਰਿਆਂ ਨੂੰ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਕੇ ਉਪਰ ਅਪਾ ਕਲੀਅਰ ਕਟ ਕਹਿ ਨਹੀਂ ਸਕਦੇ ਖੈਰ ਲਾਡਾ ਡਿਸਕਸਨਰੀ ਪ੍ਰੋਗਰਾਮ ਕੇ ਵਿੱਚ ਮਾ ਇਹ ਬਿਲਕੁਲ ਮੰਗ ਕੇ ਛੋਟੀ ਜਿਹੀ ਬ੍ਰੇਕ ਬ੍ਰੇਕ ਤੇ ਬਾਅਦ ਅਗਲਾ ਸੈਗਮੈਂਟ ਜਿਹੜਾ ਥਾਰੇ ਨਾਲ ਸਾਂਝਾ ਕਰਾਂਗੇ আর ਜਿੱਤਨੇ ਮੇਰੇ ਵੀਰ ਭੈਣ ਭਾਈ ਮੰਨ ਨੂੰ ਅੱਜ ਸੁਣ ਰਹੇ ਸਾਰਿਆਂ ਦਾ ਧੰਨਵਾਦ ਕਰਾਂ ਯੂ ਰੇਡੀਓ ਫ੍ਰੀਕੁਐਂਸੀ ਅੱਜ ਥਾਰੇ ਬਾਤਾਂ ਸਿੱਧੀ ਲਾਈਵ ਆਪਾਂ ਆਪਣੇ YouTube ਚੈਨਲ ਦੇ ਉੱਪਰ ਵੀ ਚਲਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ